ਦੇਸ਼ ਵਿਦੇਸ਼ ਵਿੱਚ ਵਸਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਦਾਸ ਬਲਜੀਤ ਸਿੰਘ ਦਾਦੂਵਾਲ ਵੱਲੋਂ ਅਦਬ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਦੁਖੀ ਮਨ ਦੇ ਨਾਲ ਮੈਂ ਆਪ ਸੰਗਤਾਂ ਦੇ ਨਾਲ ਕੁਝ ਬਚਨ ਸਾਂਝੇ ਕਰਨੇ ਚਾਹੁੰਦਾ। ਜਿਸ ਗੱਲ ਦਾ ਡਰ ਸੀ ਆਖਰ ਉਹੀ ਗੱਲ ਹੋਈ। ਦੁਨੀਆ ਭਰ ਦੇ ਵਿੱਚ ਜਦੋਂ ਇਹ ਮੈਸੇਜ ਗਿਆ ਸਿੱਖ ਸੰਗਤਾਂ ਦੇ ਹਿਰਦੇ ਬਲੁੰਦਰੇ ਗਏ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਦਾ ਅੱਜ ਵਰਤਾਰਾ ਵਰਤਿਆ ਬਹੁਤ ਦੁਖਦਾਈ ਗੱਲ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਾਡੀ ਮਹਾਨ ਸੰਸਥਾ ਸਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਹੋਂਦ ਵਿੱਚ ਲਿਆਂਦੀ ਗੁਰੂ ਘਰਾਂ ਦੇ ਪ੍ਰਬੰਧ ਵਾਸਤੇ, ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਕਿ 100 ਸਾਲ ਪੂਰਾ ਹੋਣ ਤੋਂ ਪਹਿਲਾਂ ਜਿਸ ਤਰ੍ਹਾਂ ਇੱਕ ਪਰਿਵਾਰ ਨੇ ਇਹਦੇ 'ਤੇ ਸਿਆਸੀ ਗਲਬਾ ਪਾਇਆ ਅਤੇ ਅੱਜ ਇਸ ਕਮੇਟੀ ਦਾ ਭੋਗ ਪਾ ਦਿੱਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸ਼੍ਰੋਮਣੀ ਗੁਰਦੁਆਰਾ ਘੁਟਾਲਾ ਕਮੇਟੀ ਬਣਾ ਦਿੱਤੀ। ਘੁਟਾਲੇ ਸਰੋਪਿਆਂ ਦੇ, ਦਾਲਾਂ ਦੇ, ਸਬਜ਼ੀਆਂ ਦੇ, ਤਨਖਾਹਾਂ ਦੇ ਜਾਂ ਕੁਛ ਹੋਰ ਫੰਡਾਂ ਦੇ ਬਰਦਾਸ਼ਤ ਕੀਤੇ ਜਾ ਸਕਦੇ, ਭਾਵੇਂ ਕਿ ਇਹ ਵੀ ਬਰਦਾਸ਼ਤ ਕਰਨ ਦੇ ਕਾਬਲ ਨਹੀਂ, ਪਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਦਾ ਵਪਾਰੀਕਰਨ ਏਡਾ ਵੱਡਾ ਘੁਟਾਲਾ, 328 ਫਿਰ 400 ਗਿਣਤੀ ਸਪਸ਼ਟ ਨਹੀਂ ਹੈ। ਸਾਡੀ ਉਹ ਮਹਾਨ ਸੰਸਥਾ ਦੇ ਮੌਜੂਦਾ ਪ੍ਰਬੰਧਕ ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਸੰਭਾਲ ਸਕੇ, ਉਹਨਾਂ ਨੇ ਪੰਥ ਦੀ ਸੇਵਾ ਸੰਭਾਲ ਕੀ ਕਰਨੀ ਹੈ। ਉਹਦਾ ਟਾਰਾ ਮਾਰ ਕੇ ਕਹਿਣਗੇ ਕਿ ਅਸੀਂ ਪੂਰੇ ਸੰਸਾਰ ਵਿੱਚ ਵੱਸਦੇ ਸਿੱਖਾਂ ਨੂੰ ਰੀਪ੍ਰਜੈਂਟ ਕਰਦੇ ਹਾਂ, ਸਾਰਿਆਂ ਦਾ ਖਿਆਲ ਆ। ਪਰ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਮਸਲਾ, ਜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੀ ਨਹੀਂ ਸੰਭਾਲ ਸਕੇ। ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵਪਾਰ ਕਰਦੇ ਰਹੇ ਗੁਰੂ ਸਾਹਿਬ ਦੇ ਸਰੂਪਾਂ ਦਾ, 450 ਸਰੂਪ ਕੈਨੇਡਾ ਦੀ ਬੰਦਰਗਾਹ ਦੇ ਉੱਤੇ SGPC ਦੇ ਅਹੁਦੇਦਾਰਾਂ ਨੂੰ ਉਡੀਕਦਾ ਰਿਹਾ ਕਿ ਕਦੋਂ ਆਉਣ ਅਤੇ ਆ ਕੇ ਸੰਗਤਾਂ ਦੇ ਵਿੱਚ ਜਿਹੜਾ ਉਹ ਸਰੂਪ ਦਿੱਤੇ ਜਾਣ, ਪਰ ਜਦੋਂ ਨਾ ਗਏ ਤਾਂ ਫਿਰ ਉੱਥੇ ਉਹ ਸਰੂਪ ਲਗਾਏ ਜਿਹੜੇ ਸਰੂਪ ਸਲਾਬੇ ਗਏ, ਬੇਅਦਬੀ ਹੋਈ। ਜਿਨ੍ਹਾਂ ਨੇ ਮੰਗਾਏ ਉਹ ਵੀ ਜ਼ਿੰਮੇਵਾਰ, ਜਿਨ੍ਹਾਂ ਨੇ ਭੇਜੇ ਉਹ ਵੀ ਜ਼ਿੰਮੇਵਾਰ, ਜਿਹੜੇ ਨਹੀਂ ਗਏ ਉਹ ਵੀ ਜ਼ਿੰਮੇਵਾਰ, ਸਾਰੇ ਦੋਸ਼ੀ ਹੈ, ਸਜ਼ਾਵਾਂ ਮਿਲਣੀਆਂ। ਜਾਂ ਗੁਰੂ ਗ੍ਰੰਥ ਸਾਹਿਬ ਤੋਂ ਪੜ੍ਹੇ ਸ਼ਰਧਾਲੂ ਸਿੱਖ ਲਈ ਉਜਾੜ ਆ, ਸਿੱਖ ਲਈ ਉਜਾੜ ਆ, ਸਾਡੇ ਲਈ ਉਜਾੜ ਆ। ਅਤੇ ਜੇ ਮੌਜੂਦਾ ਪ੍ਰਬੰਧਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਹੀਂ ਸੰਭਾਲ ਸਕੇ, ਹੋਰ ਇਹਨਾਂ ਤੋਂ ਕੀ ਆਸ ਕੀਤੀ ਜਾ ਸਕਦੀ ਹੈ। ਫਿਰ ਕਿਸ ਤਰ੍ਹਾਂ ਸਿਆਸੀ ਬਿਆਨਬਾਜ਼ੀਆਂ ਕੀਤੀਆਂ, ਪਹਿਲਾਂ ਕਿਹਾ ਗਿਆ ਕਿ ਸਰੂਪਾਂ ਦੇ ਸਰੂਪ ਸਾਰੇ ਹਾਜ਼ਰ ਆ, ਲਿਖਤ 'ਚ ਫਰਕ ਆ। ਗਿਆਨੀ ਹਰਪ੍ਰੀਤ ਸਿੰਘ ਹੁਣਾਂ ਵੀ ਬਿਆਨ ਦਿੱਤਾ ਲਿਖਤ 'ਚ ਕੁਝ ਫਰਕ ਆ। ਬਾਅਦ ਵਿੱਚ ਜਦੋਂ ਜਾਂਚ ਕਮੇਟੀ ਬਣਾਈ, ਸਾਹਮਣੇ ਆਈ ਗੱਲ, ਪਹਿਲਾਂ SGPC ਫਿਰ ਅਕਾਲ ਤਖ਼ਤ ਸਾਹਿਬ ਫਿਰ SGPC, ਅਤੇ ਜਦੋਂ ਗੱਲ ਸਾਹਮਣੇ ਆਈ ਵੀ ਸਰੂਪ ਤਾਂ ਸੱਚੀ ਮੁੱਚੀ ਗੁੰਮ ਆ, ਹਿਰਦੇ ਬਲੁੰਦਰੇ, ਕਿੱਥੇ ਗਏ, ਕਿਉਂ ਦਿੱਤੇ ਗਏ, ਅੱਜ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਕੀਤੀ, ਫੌਜਦਾਰੀ ਮੁਕੱਦਮੇ ਕਰਾਵਾਂਗੇ, ਬਾਅਦ 'ਚ ਆਪੇ ਹੀ ਫੌਜਦਾਰੀ ਮੁਕੱਦਮਿਆਂ ਦੀ ਲੋੜ ਨਹੀਂ, ਬਾਹਰਲੀ ਏਜੰਸੀ ਨਹੀਂ ਦਖਲ ਦਊ, ਸ਼੍ਰੋਮਣੀ ਕਮੇਟੀ ਸਕਸ਼ਮ ਆਪਣੇ ਆਪ ਦੇ ਵਿੱਚ ਤਾਕਤਵਰ ਆ, ਆਪੇ ਸਜ਼ਾ ਦੇ ਦੂਗੀ। ਸਾਰਾ ਕੁਝ ਸੰਗਤਾਂ ਨੇ ਦੇਖਿਆ, ਦੁਨੀਆ ਭਰ ਦੇ ਵਿੱਚ ਦੁੱਖ ਹੋਇਆ। ਅਜੇ ਤੱਕ ਇਹ ਨਹੀਂ ਦੱਸਿਆ ਜਾ ਰਿਹਾ ਸਰੂਪ ਹੈ ਕਿੱਥੇ ਨੇ, ਕਿੱਥੇ ਗਏ ਗੁਰੂ ਸਾਹਿਬ ਦੇ ਸਰੂਪ। ਪੰਥ ਦੇ ਵਿੱਚ ਰੋਸ, ਪੰਥ ਨੇ ਵਿਰੋਧ ਕੀਤਾ, ਇਨਸਾਫ ਮੰਗਿਆ, ਸਜ਼ਾਵਾਂ ਦਿਓ ਦੋਸ਼ੀਆਂ ਨੂੰ ਜੋ ਬਣਦੀਆਂ। ਸਰਕਾਰ ਵੀ ਰਲੀ ਹੋਈ ਹੈ ਪੰਜਾਬ ਦੀ ਨਾਲ, ਕੋਈ ਖਿਆਲ ਨਹੀਂ ਕੀਤਾ। ਕਿਉਂ ਨਹੀਂ ਫੌਜਦਾਰੀ ਮੁਕੱਦਮੇ, ਆਮ ਸ਼ਰਧਾਲੂ ਸਿੱਖ ਤੇ ਉਦੋਂ ਮੁਕੱਦਮਾ, ਕਿਉਂ ਨਹੀਂ ਉਹਨਾਂ ਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸਰੂਪਾਂ ਦਾ ਵਪਾਰੀਕਰਨ ਕੀਤਾ? ਕੀ ਵੇਖ ਰਹੀ ਹੈ ਸਰਕਾਰ, ਪੰਜਾਬ ਸਰਕਾਰ, ਕੈਪਟਨ ਸਰਕਾਰ, ਕਿਉਂ ਕਿ ਸਲਵੱਟੀ ਬੈਠੀ ਹੈ, ਕਿਹਨੂੰ ਉਡੀਕ ਰਹੀ ਹੈ? ਕੀ ਹੁਣ ਬਾਦਲ ਕੈਪਟਨ ਦੋਸਤੀ ਕੰਮ ਕਰ ਰਹੀ ਹੈ? ਕੀ ਉਹ ਗੁਰੂ ਸਾਹਿਬ ਦੇ ਸਰੂਪਾਂ ਵੇਲੇ ਵੀ ਐਂ ਕਰਨਗੇ? ਹਰ ਮਸਲੇ 'ਤੇ ਰਾਜਨੀਤੀ, ਬਰਗਾੜੀ ਦੇ ਸਤਿਗੁਰ ਦੇ ਬੇਅਦਬੀ ਦੇ ਸਰੂਪਾਂ ਦਾ ਅਜੇ ਪੂਰਾ ਇਨਸਾਫ ਨਹੀਂ ਹੋਇਆ। ਥੋੜ੍ਹੇ ਚਿਰ ਬਾਅਦ ਥੋੜ੍ਹੇ ਦੋਸ਼ੀ ਫੜ ਲਏ, ਪਰੰਟ ਲੈ ਲਏ, ਫਿਰ ਕੰਮ ਉੱਥੇ ਦਾ ਉੱਥੇ, ਅੱਖਾਂ 'ਚ ਘੱਟਾ ਪਾਇਆ, ਵਕਤੀ ਤੌਰ 'ਤੇ ਅਥਰੂ ਪੂੰਝੇ, ਫਿਰ ਮਸਲਾ ਉੱਥੇ ਦਾ ਉੱਥੇ। ਜਦੋਂ ਲੋੜ ਹੋਈ ਰਾਜਨੀਤਿਕ ਤੌਰ 'ਤੇ ਸਰਕਾਰ ਉਭਾਰ ਲੂਗੀ, ਦੋਸ਼ੀਆਂ ਨੂੰ ਬਚਾਇਆ ਜਾ ਰਿਹਾ। ਕਿੱਥੇ ਨੇ ਉਹ ਪੈੜਾਂ ਜਿਹੜੀਆਂ ਕਹਿੰਦੇ ਸੀ ਜਾਂਦੀਆਂ ਨੇ ਦੋਸ਼ੀਆਂ ਦੇ ਘਰਾਂ ਨੂੰ, ਬਾਦਲਾਂ ਦੇ ਘਰਾਂ ਨੂੰ, ਕਿੱਥੇ ਨੇ ਹੁਣ ਉਹ?
कौन ने दोषी है? असी नहीं कहते किसी बेगुनाह नूं सजा मिले, पर दोषी बख्शे जाण ये नहीं हो सकता। दोषी नहीं बख्शे जाने चाहिए, बेगुनाह फसना नहीं चाहिए। जिन्ने वड्डे मुलाजम वड्डे अहुदेदार जिन्हों के सारे लिफाफे खोलते सी, जिन्हों के लिफाफियां चो प्रधान निकले एग्जैक्टिव निकली, अज वह जिम्मेवार ने इस चीज वास्ते जिन्हों ने सियासी गलबा साडे पावन तख्तां ते साडी महान संस्था ते पाया। जे आजादी नाल काम करदी मैंबर संगतां ने चुने, मैंबर जाके आजादी नाल प्रधान चुनदे एग्जैक्टिव चुनदे, आजादी नाल फैसले हुंदे, सियासी गलबा ना हुंदा, सियासी लोग अपनी सियासत करन, मुबारक आ सानूं, कोई रोस नहीं। धर्म च दखल दे के साडे धर्म का सत्यानाश किया, साडियां श्रोमणी संस्थावां दा, साडे पावन तख्तां दी मर्यादा दा सत्यानाश कर दिता। पर मैं बेनती की, अपील की पंथ नूं, कौम नूं, हरेक नूं हक आ गुरु साहब दा, कोई जथेबंदी कोई धड़ा, पर इत्थे समुचे पंथ दी गल आ। वास्ता रब दा कोई कसर नहीं छड्डी मौजूदा प्रबंधकां ने बेअदबी दी हर पक्खों। अज पंथ ते डांगा लैके भी आ गए नरैणू महंत वांगू, जिदा उन्हें भाई लक्ष्मण सिंह धारोवाली ते उन्हां दे साथियों ते हमला किया, अज भी उसे तरह जिदा हमला किया। सख्त शब्दों च मैं निंदा करदा, बहुत माड़ा किया, प्यार ना समझाया जा सकता। जवाब दिओ, पंथ तो मुआफ़ी मंगो, कौम तो मुआफ़ी मंगो, दोषी कटहरे च होण, सारे नैतिकता के आधार से इस्तीफे दे दिओ। केंद्र सरकार नूं भी चाहिए तुरंत इन भंग करके, जिहड़े गुरु साहब के सरूप नहीं संभाल सके, SGPC की चोण करवाउण, चंगे मैंबर संगतां चुणन, वह आउण। जिहड़े चंगे मैंबर हुण भी है सुनवाई नहीं, चंगे मुलाजम सुनवाई कोई नहीं है, नौकरियां दे डांगा फड़ा दिंदे, हाथ विच कुट्टो भरावां नूं, बच्चे पालने ड्यूटियां करदे, पर इहो जिहियां ड्यूटियां कादे वास्ते? बहुत चंगे गुरमुख बैठे आ शहीद परिवारां दे वी विच, नौजवान ने, बच्चे बच्चियां ड्यूटी करदे SGPC, मजबूरी आ, दुख झले आ, चुल्हिआं 'च घा उग गया, हालातां अनुसार अज रोजी रोटी दे लगे आ, ड्यूटी करनी पैंदी, हुक्म चाढ़ दिंदे उतले कुट्टो भरावां नूं, डांगा चक लैंदे, पर नहीं, भरावां ते डांगा इस तरह नहीं चाहीदियां। मैं बेनती करां दरबार साहब दे विच रूहानीयत गुरमर्यादा कायम रहनी चाहीदी आ। साडे मसले सिखां दे की आ? गैर सिखां नूं कुछ नहीं लैणा। दुनिया दे श्रद्धालू आउंदे आ, साउथ चों आउंदे आ, दक्षण चों आउंदे आ, उत्तर पूर्व पछम चों आउंदे, दुनिया चों आउंदे आ, जिन्हां नूं साडे आ के रूहानीयत दा केंद्र दरबार साहब दर्शन करन, की मैसेज लैके जाणगे कि उत्थे आ कुछ हो रहा? क्यों चलाईयां डांगा श्रोमणी कमेटी ने? पर उन्हां वीरां नूं भी बेनती, संघर्ष कर रहे, इन्हां ने तां सत्यानाश करता, तुसीं कुछ जाबता रखो, गुरमर्यादा रूहानीयत नूं कायम रखण लई थोड़ी दूरी बना लो उन्हां स्थानां। जे दीवान साहब हाल मंजी साहब दे विच इह कुछ होऊगा, लंगर हाल च होऊगा, जां गलियारे च इह कुछ होऊगा, की मैसेज जाऊगा? असीं प्रोटेस्ट करना, रोस करना, इंसाफ की मंग करनी है, लैणा इन्हां नूं पासे करना, जिन्हां ने गुरु साहब के सरूपां की सेवा संभाल नहीं की, पर कुछ जापते च रह के। मैं श्रोमणी कमेटी को कहना चाहुंदा, मौजूदा प्रबंधकों को साडी महान संस्था का तुसीं भोग पा दिता, मौजूदा प्रबंधकों ने नैतिकता के आधार से इस्तीफे दे दिओ, सरकार कार्रवाई करे, जिन्हों की जगह जेल दियां सलाखां, जेल दियां सलाखां पिछे जाण, गुरु साहब के सरूप लभण, सरूप कित्थे ने महाराज दे। और नाल ही मैं कहना चाहुंदा कि रूहानीयत गुरमर्यादा नूं कायम रखना बहुत जरूरी, सचखंड श्री दरबार साहब की सारिआं नूं बेनती, जाबते च रह के, मर्यादा च रह के, आपां दरबार साहब, सचखंड श्री दरबार साहब की गुरमर्यादा रूहानीयत नूं कायम रखी, हर सिख का फर्ज आ, हरेक नूं अज मौका वा कहण दा, बोलण दा, प्रोटेस्ट करन दा, पर जाबता है। मौजूदा प्रबंधकां नूं मैं कहना चाहुंदा, थोड़े सिख देख के तुसीं डांगा मारियां, सारा पंथ आ रहा, किनू किनू डांगा मार, असीं आवांगे भाई लक्ष्मण सिंह धारोवाली के वारस बन के, मार लियो जिन्नियां डांगा साडे मारनियां, शांतमई, असीं किसे हाथ नहीं चकना। मैं बेनती करूंगा, चला लैण दो इन्हां नूं डांगा, जिन्नियां डांगा चलाउंदे आ, जो करदे आ, असीं सारिआं ने इस गल का ख्याल रखना, मर्यादा का, गुरु घर की मर्यादा, किसी भी गुर स्थान की गल होवे तां सचखंड श्री दरबार साहब श्री अमृतसर साहब की गल आ, रूहानीयत का केंद्र आ दरबार साहब, ये उत्थे दी गल आ, दुनिया च मैसेज जाना दरबार साहब तो, गुरु ग्रंथ साहब तो परे सानू उजाड़ आ। इस करके बेनती है सारिया जथेबंदियां सारे पंथ नूं कि कृपा करके रूहानीयत गुरमर्यादा का ख्याल रखा जाए, प्रोटेस्ट करना, रोस करना साडा हक आ, पर असी पूरा ख्याल रखना। इन्हां लोकां ने कोई कसर नहीं छड्डी, पर आपां इस चीज़ का जिहड़ा हैगा पूरा पूरा ख्याल रखना, हर गल तो गुरमर्यादा का,
परंपरा का रूहानियत का असी जिहड़ा ये ख्याल रख के इस प्रोटेस्ट नूं करना है, जो भी करना है ते मैं बेनती करूंगा सारिया नूं, सारे सियाने हो सत्कारयोग हो मेरे नालों सब दी वध सेवा वा, पर मेरी बेनती अपील नूं प्रवान करियो कि दरबार साहब की रूहानियत मर्यादा गुर मर्यादा का असी पूर्ण ख्याल रखना, भावें वह धक्खा कर रहे हैं पर इन्हां नूं इस गल का जवाब दे होना पऊगा। नरैणू महंत मसे रंगड़ ते मलक भागो दे वारसां नूं कोई कमी नहीं छड्डी इन्हां ने, मौजूदा प्रबंधकां ने, पर जिहड़े जिम्मेवार आ सारे उन्हां सारे छोटे मुलाजम ही नहीं वड्डे जिम्मेवार जिहड़े आ वी कटहरे च होणे चाहीदे आ। सियाणियां दी कहावत आ कहिंदे मझ मरदे चमजूआं मर जांदियां ने, चमजूआं मारे ते मझ फिर चमजूआं पैदा कर दिंदी आ। अज लोड आ कि जिन्हां लोकां ने सारा कुछ करप्ट कीता, जिन्हां ने सियासी गलबा पाया, उन्हां नूं पंथ दी सफा तों पासे करन दा समां वा। ਇਹ ਬੇਨਤੀ ਮੇਰੀ ਪ੍ਰਵਾਨ ਕਰਿਓ ਸਾਰਿਆਂ ਨੂੰ ਭੁੱਲਾ ਚੁੱਕਾਂ ਦੀ ਕਿ ਮੈਂ ਖਿਮਾ ਮੰਗਦਾ ਸਾਰਿਆਂ ਤੋਂ। ਗੁਰੂ ਸਾਹਿਬ ਦਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਾਰਾ ਹੁਕਮ ਸਾਹਮਣੇ ਰੱਖ ਕੇ, ਮਾਣ ਸਨਮਾਨ ਸਾਹਮਣੇ ਰੱਖ ਕੇ ਫਿਰ ਆਪਾਂ ਨੇ ਕੋਈ ਸੰਘਰਸ਼ ਦੀ ਗੱਲ ਜਿਹੜੀ ਆ, ਹੋਰ ਜਿੰਨਾ ਵੀ ਰੋਸ ਪ੍ਰੋਟੈਸਟ ਦੀ ਗੱਲ ਆ ਉਹ ਸਾਰੀ ਕਰਨੀ ਆ। ਔਰ ਸਾਰਿਆਂ ਨੇ ਬੇਨਤੀ ਪ੍ਰਵਾਨ ਕਰਨੀ ਆਉਣ ਵਾਲੇ ਦਿਨਾਂ ਦੇ ਅੰਦਰ ਇਹਨਾਂ ਚੀਜ਼ਾਂ ਦਾ ਪੂਰਨ ਤੌਰ 'ਤੇ ਆਪਾਂ ਨੇ ਖਿਆਲ ਰੱਖਣਾ, ਤਾਂ ਕਿ ਜਿਹੜੇ ਦੁਨੀਆਂ ਤੋਂ ਸ਼ਰਧਾਲੂ ਆਉਂਦੇ ਆ ਜਾਂ ਦੁਨੀਆਂ ਜਿਹੜੀ ਗੱਲ ਜਾ ਰਹੀ ਦਰਬਾਰ ਸਾਹਿਬ ਤੋਂ ਐਸੀ ਗੱਲ ਨਾ ਜਾਵੇ। ਪਹਿਲਾਂ ਹੀ 1984 ਵੇਲੇ ਜੋ ਅਟੈਕ ਕਾਂਗਰਸ ਸਰਕਾਰ ਨੇ ਕੀਤਾ, ਅਕਾਲ ਤਖ਼ਤ ਸਾਹਿਬ ਢਾਇਆ ਜਾਂ ਜੋ ਸ਼ਹਾਦਤਾਂ ਉੱਥੇ ਕੀਤੀਆਂ ਉਹਦੇ ਕਰ ਜਿੱਦਾਂ ਦਾ ਮਾਹੌਲ ਸੀ, ਗੈਰ ਸਿੱਖ ਹੁਣ ਆ ਕੇ ਦਰਸ਼ਨ ਕਰਨ ਲੱਗੇ, ਰੂਹਾਨੀਅਤ ਲੈਣ ਲੱਗੇ, ਉੱਥੋਂ ਸਾਡੇ ਫਲਸਫੇ, ਸਾਡੇ ਇਤਿਹਾਸ, ਸਾਡੇ ਗੁਰੂਆਂ ਬਾਰੇ ਜਾਣਨ ਲੱਗੇ ਆ, ਮੁੜ ਇੱਦਾਂ ਦਾ ਮਾਹੌਲ ਅਸੀਂ ਆਪ ਪੈਦਾ ਨਾ ਕਰੀਏ ਕਿ ਜਿਹੜਾ ਹੈਗਾ ਇਸ ਤਰ੍ਹਾਂ ਡਾਂਗੋ ਸੋਟੀ ਹੋ ਕੇ, ਪੱਗੋ ਪੱਗੀ, ਕਿਰਪਾਨੋ ਕਿਰਪਾਨੀ ਹੋ ਕੇ ਅਸੀਂ ਆਪਣਾ ਜਲੂਸ ਨਾ ਕੱਢੀਏ, ਸੰਗਤਾਂ ਜਿਹੜੀਆਂ ਆ ਰਹੀਆਂ ਨੇ ਦਰਸ਼ਨ ਕਰਨ ਵਾਸਤੇ ਉਹਨਾਂ 'ਤੇ ਮਾੜਾ ਪ੍ਰਭਾਵ ਨਾ ਪਵੇ। ਭੁੱਲਾਂ ਚੁੱਕਾਂ ਦੀ ਖਿਮਾ, ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ, ਬੇਨਤੀ ਪ੍ਰਵਾਨ ਕਰਿਓ। ਸਭ ਜਥੇਬੰਦੀਆਂ, ਸਭ ਆਗੂ, ਸਭ ਜਥੇਬੰਦੀਆਂ, ਸਭ ਸਿੱਖ ਮਾਈ ਭਾਈ ਬੇਨਤੀ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।